ब्रेक तो बादिक पर फेथ सब मेरे नाल चादा कपित सतेन्द्र सती और मेरे नाल वेरी कोर्टियस हिमांशी खुराना हिमांशी होन थोड़ा जा फन एक्टिविटी है इमोशनल okay. हो लिया जिन्ना होना थी <laughs> बस ये होन थोड़ा जा <laughs> हंसना बहुत जरूरी है सेद दे लिए अच्छा इंडस्ट्री च वैसे थे चलो प्यार सब नाल हैगा ही है, है साडा पता ही है सो so, कोई एक बंदा जिन्नु तुसी सोच दियो भी हां ਇਹ ਮੇਰਾ ਬੜਾ ਫੇਵਰਿਟ ਹੈ ਫੋਨ ਲਾਓ ਫਟਾਫਟ ਓਕੇ ਉਹਨਾਂ ਦਾ ਇੰਡੀਆ 'ਚ ਹੋਣਾ ਬਹੁਤ ਜ਼ਰੂਰੀ ਆ ਹੁਣ ਸਾਨੂੰ ਇਹ ਨਹੀਂ ਪਤਾ ਹੈਗਾ ਤੁਹਾਨੂੰ ਇੰਡੀਆ ਵਾਲੇ ਜਾਣਦੇ ਕਿ ਅਮਰੀਕਾ ਵਾਲੇ ਨਹੀਂ ਬਟ ਆਰਟਿਸਟ ਟਰੈਵਲ ਕਰਦੇ ਰਹਿੰਦੇ ਨੇ ਤੇ ਚਲੋ ਫਿਰ ਵੀ ਮੈਂ ਕੋਸ਼ਿਸ਼ ਕਰਦੀ ਆ ਓਕੇ ਉਹ ਸੰਤਰਪੀ ਬਈਆ ਨੂੰ ਦੇਖ ਕੇ ਨੱਚ ਜੇ ਗਾਣਾ ਵੀ ਬੜਾ ਪਰਫੈਕਟ ਹੈਲੋ ਹਾਂਜੀ ਹਾਂਜੀ ਨਿੰਜਾ ਦੀ ਹਿਮਾਂਸ਼ੀ ਬੋਲ ਰਹੀ ਆ ਹਾਂਜੀ ਕਿਵੇਂ ਹੋ ਸੱਚਾ ਸੱਚਾ ਮੈਨੂੰ ਲੱਗਾ ਸ਼ਾਇਦ ਆਵਲਾ ਨੰਬਰ ਹੈ ਨਹੀਂ ਤੁਹਾਡੇ ਕੋਲੇ ਨਹੀਂ 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 ਹੈਗਾ ਜੀ ਮੇਰੇ ਕੋ ਹੈ ਨਹੀਂ ਮੈਂ ਵੈਸੇ ਤੁਸੀਂ ਮੇਰੇ ਪੁੱਛਣ ਤੋਂ ਪਹਿਲਾਂ ਹੀ ਕਹਿਦਾ ਮੈਂ ਮਾਜੀ ਬੋਲਦੀ ਹਾਂ ਓਕੇ 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 ਠੀਕ ਆ ਮੈਂ ਸ਼ੋਅ ਦੇ ਵਿੱਚ ਬੈਠੀ ਆ ਫੋਨ ਸਪੀਕਰ ਤੇ ਆ ਚਾਦਾ ਕਬ ਵਿਸਤੰਦਰ ਸੱਤੀ ਮੈਨੂੰ ਕਹਿੰਦੇ ਕੋਈ ਐਸਾ ক্লোਜ਼ ਜਿਹਨੂੰ ਤੁਸੀਂ ਮੰਨਦੇ ਹੋ ਤੇ ਮੈਂ ਕਿਹਾ ਇੱਕ ਕੋਈ ਪਰਸਨ ਆ ਫਿਰ ਮੈਂ ਕਾਲ ਲਾਂ ਕਿ ਕੀ ਹਾਲ ਚਾਲ ਨਿੰਜਾ ਜੀ ਤੁਹਾਡਾ ਓਕੇ ਹੁਣ ਕੀ ਹੁਕਮ ਕਰੋ ਹਾਂਜੀ ਮੈਂ ਕਿਹਾ welcom to the show thank you hello mera awaz break kar rahi hai hello ha ji sat Sri akal ninja mai satender satti bol riyan theek thaak ho ha ji ha ji bahut achi asi check kar rahe si ki marshi di jinne kujh ne bana hui hai phone chuk linde hai ke nahi dasso vee ikda koi gall hi nahi inna de vall hamesha support te rahi hai te ida ta bahut laazmi hai chakna ਬਿਲਕੁਲ ਠੀਕ ਹੈ थैंक यू वेरी मच और जल्दी ਤੁਹਾਡਾ ਵੀ ਸ਼ੋਅ ਤੇ ਇੰਤਜ਼ਾਰ ਕਰ ਰਹੇ ਹਾਂ ਅਸੀਂ ओके थैंक यू so much ओके okay <laughs> जी थैंक यू थैंक यू ओके जी ओके okay okay. जी ओके okay जी ਵਾਓ ਪਹਿਲੀ ਐਕਟੀਵਿਟੀ ਕਾਮਯਾਬ ਅੱਛਾ ਫੇਵਰਿਟ ਹਿੰਦੀ Song ਹਮ ਜਬ ਲਿਪਟ ਕੇ ਆਪ ਕੀ ਬਾਹੋਂ ਮੇ ਆ ਗਏ ਵਾਹ ਐਦਾਂ ਤੇ ਕੁੜੀ ਰੋਮਾਂਟਿਕ ਹੈ ਗੀ ਅਕਚੁਅਲੀ ਯਾ ਅੱਛਾ ਪੰਜਾਬੀ ਚ ਇਹਨੂੰ ਕੀ ਕਵਾਂਗੇ ਜੀ ਦਾ ਟ੍ਰਾਂਸਲੇਸ਼ਨ ਕਰਨਾ ਹੋ ਮੈਂ ਜਦੋਂ ਮੈਂ ਜਦੋਂ ਸਿਮਟ ਕੇ ਤੇਰੀ ਬਾਵਾ ਚ ਆ ਗਈ ਜਦੋਂ ਮੈਂ ਟੁੱਟ ਕੇ ਤੇਰੇ ਕਲਾਵੇ ਚ ਆ ਗਈ ਹਾਂ ਕਲਾਵੇ ਗੱਲ ਵੱਕੜੀ ਚ ਆ ਗਈ ਆ ਕੁਝ ਵੀ ਓਕੇ ਅੱਛਾ ਹੁਣ ਮੈਂ ਇੱਕ ਇੰਗਲਿਸ਼ ਚ ਤੁਸੀਂ ਮਾਡਲ ਹੋ ਐਕਟ ਤੇ ਕਰਦੇ ਹੋ ਨਾ ਬਿਲਕੁਲ ਸੋ ਹੁਣ ਮੈਂ ਤੁਹਾਨੂੰ ਇੱਕ एक टास्क देवगी mm -hmm. मतलब मैं एक कहानी उदे उदे उपर उदे 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 एक्ट करना बैठे बैठे अ थर्सटी क्रो ओके एंड ही वॉज वेरी थर्सटी एंड ही सॉ कड़ा द water in the pot was very low <laughs> very good mm -hmm. you acted well actually tonu ede layi milda kuch vi nahi okay tusi punjabi ch zero to 30 tak ulti ginti okay 30 29 28 27 26 25 24 23 22 21 20 19 18 17 16 15 14 13 12 11 10 9 8 7 6 5 4 3 2 1 वाह कुडी वेक्लो इंटेलिजेंट है 100 आउट ऑफ 100 थैंक यू ओके एंड अगला है टांग में कड़ाप टांग टांग में कड़ापटोया दस बार ही बोलना टांग में कड़ा सुन आ द में टांग ट्विस्टिंग बॉव दिया या ओके ओ रियली यस टांग में कड़ाप टांग टांग में कड़ापटोया टांग में कड़ाक टांग टांग में कड़ापटोया हां टांग में कड़ाप टांग टांग में कड़ापटोया ਟੰਗ ਮੈਂ ਕੜਾ ਪਟੰਗ ਟੰਗ ਟੰਗ ਮੈਂ ਕੜਾ ਪਟੋਇਆ ਟੰਗ ਮੈਂ ਕੜਾ ਪਟੰਗ ਟੰਗ ਟੰਗ ਮੈਂ ਕੜਾ ਪਟੋਇਆ ਓਕੇ ਟੰਗ ਮੈਂ ਕੜਾ ਪਟੰਗ ਟੰਗ ਟੰਗ ਮੈਂ ਕੜਾ ਪਟੋਇਆ ਇੱਕ ਵਾਰੀ ਟੰਗ ਮੈਂ ਕੜਾ ਪ ਟੰਗ ਟੰਗ ਮੈਂ ਕੜਾ ਪਟੋਇਆ ਅੱਛਾ ਇਹਨਾਂ ਨੇ ਪਤਾ ਕੀ ਕੀਤਾ ਮੈਂ ਦੱਸਦੀ ਹਾਂ ਚਲਾਕੀ ਕਿਨੇ ਉਹਦੀ ਕੰਪੋਜੀਸ਼ਨ ਬਣਾ ਲਈ ਇਹ ਬੜਾ ਬੜੀ ਰਿਮੈਂਬਰਿੰਗ ਦੀ ਇੱਕ ਟੈਕਨੀਕ ਹੈ ਕਿ ਤੁਸੀਂ ਕਿਸੇ ਵੀ ਚੀਜ਼ ਨੂੰ ਯਾਦ ਕਰਨਾ ਨਾ ਤੇ ਉਹਨੂੰ ਨਾ ਇੱਕ ਟਿਊਨ ਚ ਬਣਾ ਲਓ ਗਾਣੇ ਜਲਦੀ ਯਾਦ ਹੁੰਦੇ ਆ ਹਿਮਾਂਸ਼ੀ ਖੁਰਾਨਾ ਆਪਣੇ ਸਹੀ ਅੰਦਾਜ਼ ਦੇ ਵਿੱਚ

ਇੰਟਰਸਟਿੰਗ ਹੈ ਨਾ ਬਿਲਕੁਲ ਠਾ 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 ਕੁਸਚਨ ਆਣੇ ਤੁਸੀਂ ਠਾ ਠਾ ਜਵਾਬ ਦੇਣੇ ਰੈਡੀ ਰੈਪਿਡ ਫਾਇਰ ਠੀਕ ਹੈ ਰੈਪਿਡ ਫਾਇਰ ਓਕੇ ਅੱਛਾ ਤੁਹਾਡੇ ਹਿਸਾਬ ਨਾਲ ਦੇਸ਼ ਦਾ ਪੀਐਮ ਕਿੰਨੂ ਹੋਣਾ ਚਾਹੀਦਾ ਰਾਹੁਲ ਗਾਂਧੀ ਕਿ ਨਰਿੰਦਰ ਮੋਦੀ ਕੰਪੈਰੀਟਿਵਲੀ ਨਰਿੰਦਰ ਮੋਦੀ ਫਟਾਫਟ ਦੇਣਾ ਜਵਾਬ ਓਕੇ ਜੇ ਤੁਹਾਡਿਆ ਚਲਾਨ ਹੋ ਜਾਏ ਤੇ ਪੁਲਿਸ ਵਾਲੇ ਕੋਲੋਂ ਕਿੱਦਾਂ ਬਚੋਗੇ ਸਫਾਰਿਸ਼ ਨਾਲ ਜਾਂ ਪੈਸੇ ਦੇ ਕੇ ਰੀਸੈਂਟਲੀ ਪੈਸੇ ਦੇ ਕੇ ਬਚੀ ਕਿੱਥੇ ਰਹਿਣਾ ਜ਼ਿਆਦਾ ਪਸੰਦ ਕਰੋਗੇ ਆਈਲੈਂਡ ਜਾਂ ਫਿਰ ਪਹਾੜਾਂ ਤੇ आईलैंड ज्यादा वीडियो रैप कौन करता ना, है हनी सिंह के बादशाह हनी सिंह वन पीस ऑफ एडवाइस ए मैं ना लोगों के नाम देवगी एडवाइस दसनी है जसविंदर भला जी आई थिंक उन्होंने हूँ कॉमेडी <coughs> तो अलावा कोई होर रोल करना चाहिए ओके नीरू चीज़ परफेक्ट गिपी गरेवाल आई थिंक उन्होंने अपने बच्चों फिल्म च लैना चाहिए ओके बिनू ढिलों ਉਵੀ-ਉਵੀ ਵਿਲਨ ਦਾ ਰੋਲ ਉਹਨਾਂ ਨੇ ਕਾਫੀ ਵਧੀਆ ਕੀਤੇ ਸੀ ਪਹਿਲੇ ਹਨਾ ਪੁਰਾਣੇ ਆ ਇਫ ਆਮ ਨਾਟ ਰੌਂਗ ਦੇ ਆਈ ਥਿੰਕ ਉਹਨਾਂ ਨੂੰ ਇੱਕ ਅੱਧਾ ਕਰਨਾ ਚਾਹੀਦਾ ਇਦਾਂ ਵਿਲਨ ਦਾ ਯੈਸ ਹੁਣ ਥੋੜਾ ਜਿਹਾ ਕੰਟਰੋਵਰਸ਼ੀਅਲ ਸ਼ਨਾਜ਼ ওকে ਵਨ ਪੀਸ ਆਫ ਐਡਵਾਈਸ ਟੂ ਹਰ ਕੀ ਐਡਵਾਈਸ ਹੈ ਉਹਦੇ ਲਈ ਸ਼ੀ ਸ਼ੁੱਡ ਲਰਨ ਮੈਨਰਸ ਯੈਸ ਜੇ ਤੁਹਾਡੇ ਤੋਂ ਇਹ ਦੋ ਚੀਜ਼ਾਂ ਜੋ ਇੱਕ ਨੂੰ ਬੰਦ ਕਰਨ ਨੂੰ ਕਿਹਾ ਜਾਂਦੇ ਤੇ ਕਿਹਨੂੰ ਬੰਦ ਕਰੋਗੇ ਇੰਸਟਾਗ੍ਰਾਮ ਕਿ ਸਨੈਪਚੈਟ ਸਨੈਪਚੈਟ ਇਨਾ ਵਿੱਚੋਂ ਨੈਕਸਟ ਵੀਡੀਓ ਕਿਸ ਡਾਇਰੈਕਟਰ ਨਾਲ ਕਰਨਾ ਚਾਹੋਗੇ ਪ੍ਰਮੋਦ ਰਾਣਾ ਜਾਂ ਪਰਮੇਸ਼ਵਰ ਮਾ ਆਬਵੀਅਸਲੀ ਪਰਮੇਸ਼ਵਰ ਮਾ ਜੇ ਮਾਂਸ਼ੀ ਖੁਰਾਨਾ ਵੀਡੀਓ ਡਾਇਰੈਕਟ ਕਰੇ ਹਮ ਹਮ ਤਾਂ ਆਪਣੀ ਵੀਡੀਓ ਚ ਮਾਡਲ ਕਿਸ ਨੂੰ ਲਏਗੀ ਆਪਣੇ ਨੂੰ ਛੱਡ ਕੇ ਸੋਨੀਆ ਮਾਨ ਨੂੰ ਓਕੇ ਕਿਹੜੀ ਚੀਜ਼ ਕਰਨਾ ਜ਼ਿਆਦਾ ਵਧੀਆ ਲੱਗਦਾ ਹੈ 뮤ਜ਼ਿਕ ਵੀਡੀਓਜ਼ ਕਿ ਫਿਲਮਜ਼ ਆਬਵੀਅਸਲੀ 뮤ਜ਼ਿਕ ਵੀਡੀਓਜ਼ अच्छा इन दोनों च एक चीज दसो जिदे बिना ਤੁਹਾਡਾ ਕੰਮ ਨਹੀਂ ਚੱਲਦਾ ਓਕੇ ਮੇਕਅਪ ਐਂਡ ਮੋਬਾਈਲ ਮੇਕਅਪ ਬਿਨਾ ਤਾਂ ਚੱਲਦਾ ਸੋ ਮੋਬਾਈਲ ਹਾਂ ਮੇਕਅਪ ਬਿਨਾ ਤੇ ਮੈਂ ਤਕਰੀਬਨ ਤੁਹਾਨੂੰ ਦੇਖਿਆ ਹਾਂ ਹਾਂਜੀ ਵਿਦਆਊਟ ਮੇਕਅਪ ਅੱਛਾ ਲਾਈਫ ਦਾ ਪਹਿਲਾ ਕ੍ਰਸ਼ ਕੀ ਸੀ ਮਾਈ ਫਿਆਨਸੀ ਓਕੇ ਲਾਈਫ ਚ ਲੇਟੈਸਟ ਕ੍ਰਸ਼ ਕੌਣ ਹੈ ਮਾਈ ਫਿਆਨਸੀ ਇਨਾਂ ਦੋਨਾਂ ਨਾਮਾਂ ਚੋਂ ਕਿਸੇ ਇੱਕ ਨਾਲ ਵੀਡੀਓ ਕਰਨੀ ਹੋਵੇ ਤੇ ਕਿਸ ਨਾਲ ਕਰੋਗੇ ਨਿੰਜਾ ਜਾਂ ਹਾਰਡੀ ਸੰਦੂ ninja all time اچھا ایمانשי ਤੁਹਾਨੂੰ ਆਪਣੀ ਸਭ ਤੋਂ ਅੱਛੀ ਵੀਡੀਓ ਕਿਹੜੀ ਲੱਗਦੀ ਹੈ ਜਿਹਦੇ ਤੇ ਤੁਹਾਨੂੰ ਲੱਗਦਾ ਕਿ ਇਹ ਮੇਰੀ ਬੜੀ ਫੇਵਰੇਟ ਵੀਡੀਓ ਵੈਸੇ ਸਾਰੀਆਂ ਚੰਗੀਆਂ ਹੁੰਦੀਆਂ ਫੇਵਰੇਟ ਉਹਦਾ ਕਹਿ ਸਕਦੀ ਹਾਂ ਬਿਕਾਜ਼ ਬਹੁਤ ਸਾਰੇ ਛੋਟੇ ਛੋਟੇ ਇਨਸੀਡੈਂਟ ਉਹਦੇ ਨਾਲ ਜੁੜੇ ਹੋਏ ਆ ਮਨਪਰਿਆ ਨਾਲ ਅੱਛਾ ਕਿਉਂਕਿ ਉਹਦੇ ਚ ਕੋਈ ਐਨਾ ਵੀ ਨਹੀਂ ਮੈਂ ਕਹਿ ਸਕਦੀ ਬਹੁਤ ਜ਼ਿਆਦਾ ਤਗੜਾ ਐਕਟ ਸੀਗਾ ਪਰ ਉਹਦੇ ਚ ਲਾਸਟ ਚ ਇੱਕ ਸੀਨ ਆਂਦਾ ਜਿਹਦੇ ਤੇ ਮੇਰੇ ਸੱਟਾਂ ਲੱਗੀਆਂ ਹੋਈਆਂ ਆ ਡੋਮੈਸਟਿਕ ਵਾਇਲੈਂਸ ਨੂੰ ਉਹ ਕਰਦਾ ਸੀ ਨਾ ਡਿਕਟੇਟ ਕਰਦਾ ਸੀ ਤੇ ਮੈਨੂੰ ਇੱਕ 50 प्लस आंटी ਦਾ ਮੈਨੂੰ ਮੈਸੇਜ ਆਇਆ ਕਿ ਉਹਨਾਂ ਨੇ ਮੈਨੂੰ ਕਿਹਾ ਬੇਟਾ ਵੀ ਮੇਰੇ ਹਸਬੰਡ ਮੈਨੂੰ ਬਹੁਤ ਮਾਰਦੇ ਸੀ ਅੱਛਾ ਜਨਰਲੀ ਹੁੰਦਾ ਹੀ ਹੈ ਪੰਜਾਬੀਆਂ ਜਿੱਤਾ ਹੁੰਦਾ ਵੀ ਬਹੁਤ ਲੇਡੀਜ਼ ਹੈਗੀਆਂ ਵੀ ਹੁੰਦਾ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਕਦੇ ਆਪਣੇ ਮੂੰਹੋਂ ਕਹਿ ਨਹੀਂ ਪਾਈ ਇੱਕ ਹੁੰਦਾ ਸੀ ਵੀ ਬੱਚੇ ਹੋਏ ਨੇ ਤੇ ਮੈਂ ਛੱਡ ਕੇ ਨਹੀਂ ਜਾ ਸਕਦੀ ਸੋ ਕਹਿੰਦੇ ਇਹ ਗਾਣਾ ਜਦੋਂ ਚੱਲਿਆ ਮੈਂ ਆਪਣੇ ਹਸਬੰਡ ਨੂੰ ਕੋਲੇ ਬਿਠਾ ਕੇ ਉਹ ਉਹ ਗਾਣਾ ਮੇਰੇ ਵਰਡਸ ਬਣੇ ਵਾਹ ਕੀ ਮੈਂ ਰਿਅਲਾਈਜ਼ ਕਰਾ ਪਾਈ ਕਿ ਹਾਂ ਵੀ ਮੈਂ ਐਕਸਪ੍ਰੈਸਲੀ ਯੈਸ and that's done okay ho gaya eta kafi easy si ga e wala ya nahi bich bich mushkil si nahi oh advice e ho gaya ki matlab portrait kari main vi as a audience hun soch rahi ha ki main portrait kara ta kide way nal kara unna nu main tonu mauka de rahi ha ki ik sawal tusi mainu vi puch sakde ho all right theek hai chalo e bahut cut honda hai te mainu finally main kithe na kithe sochdi ha ki bahut ik vibe aundi ha ha mainu lagya ki meri life da jada ਕਰੀਅਰ ਦੇ ਅਕੋਰਡਿੰਗ ਬਹੁਤ ਹੱਦ ਤੱਕ ਗ੍ਰਾਫ ਜਾਂ ਜੋ ਅੰਦਰ ਦਾ ਮੈਨੂੰ ਤੁਹਾਡੇ ਨਾਲ ਸਿਮਿਲਰ ਲੱਗਦਾ ਐਜ਼ ਅ ਐਂਕਰ ਤੁਸੀਂ ਇਹ ਨਹੀਂ ਕਹਿੰਦੇ ਕਿ ਆਪਾਂ ਨਹੀਂ ਚਾਹੁੰਦੇ ਆਪਣੇ ਤੋਂ ਵੱਡਾ ਕੋਈ ਨਾ ਆਵੇ ਜਾਂ ਕੁਝ ਲੇਕਿਨ ਉਸ ਚੀਜ਼ ਨੂੰ ਹਲੇ ਤੱਕ ਕੋਈ ਬੀਟ ਨਹੀਂ ਕਰ ਪਾਇਆ ਬਟ ਆਈ ਨੋ ਦ ਬੈਕ ਸਟੋਰੀਜ਼ ਬੀਇੰਗ ਅ ਫੀਮੇਲ ਆਰਟਿਸਟ ਤੇ ਕੀ ਇਹ ਸਹੀ ਹੈ ਕਿ ਮੈਂ ਸਹੀ ਜਾ ਰਹੀ ਹਾਂ ਕੀ ਸੋਚ ਰਹੀ ਹਾਂ ਯਾਸ ਐਕਚੁਅਲੀ ਦੇਖੋ ਰਸਤੇ ਤੇ ਚੱਲਣ ਵਾਲੇ ਨੂੰ ਸਭ ਤੋਂ ਜ਼ਿਆਦਾ ਪਤਾ ਹੁੰਦਾ ਕਿ ਇਹ ਰਸਤਾ ਉਸ ਨੂੰ ਕਿੱਥੇ ਲੈ ਕੇ ਜਾ ਰਿਹਾ ਹੈ ਔਰ ਜਦੋਂ ਇੱਕ ਰਸਤੇ ਦੇ ਖਾਸ ਤੌਰ ਤੇ ਤੁਸੀਂ ਰਸਤੇ ਬਦਲਦੇ ਨਹੀਂ ਤੁਸੀਂ ਭਟਕਦੇ ਨਹੀਂ ਤੁਸੀਂ ਦੁਨੀਆ ਦੀ ਹਾਂ ਤੁਸੀਂ ਦੁਨੀਆ ਦੀ ਭੀੜ ਚ ਗਵਾਚਦੇ ਨਹੀਂ ਤੁਸੀਂ ਛੱਟ ਪਟਾਉਂਦੇ ਨਹੀਂ ਕਿ ਉਹ ਉਹ ਅੱਗੇ ਨਿਕਲ ਗਿਆ ਉਹ ਪਿੱਛੇ ਨਿਕਲ ਗਿਆ ਮੈਨੂੰ ਲੱਗਦਾ ਸੇਮ ਹੀ ਠਹਿਰਾਵ ਤੁਹਾਡੇ ਚ ਕਿ ਲੋਕ ਆਂਦੇ ਨੇ ਲੋਕ ਜਾਂਦੇ ਨੇ ਪਰ ਤੁਹਾਨੂੰ ਪਤਾ ਕਿ ਤੁਸੀਂ ਕਿੱਥੇ ਪਹੁੰਚਣਾ ਹੈ ਕਿਉਂਕਿ ਮੁਖਾਲਫਤ ਸੇ ਮੇਰੀ ਸ਼ਖਸੀਅਤ ਸਮਰਤੀ ਹੈ ਦੁਸ਼ਮਨੋ ਕਾ ਮੈਂ ਬਹੁਤ ਇਤਰਾਮ ਕਰਦੀ ਹੂੰ ਸੋ ਇਹ ਲੋਕ ਜੋ ਬੋਲਦੇ ਨੇ ਇਹਨਾਂ ਦਾ ਬੋਲਣਾ ਕੰਮ ਏ ਮੈਂ ਮੰਨਦੀ ਆ ਕਿ ਸਾਡਾ ਸਾਰਿਆਂ ਦਾ ਕੰਮ ਏ ਆਪਣੇ ਕੰਮ ਨੂੰ ਕਰਨਾ ਅਗਰ ਤੁਸੀਂ ਫੋਕਸਡ ਹੋ ਔਰ ਅਗਰ ਤੁਹਾਨੂੰ ਪਤਾ ਹੈ ਕਿ ਮੈਂ ਇਹੀ ਕਰਨਾ ਹੈ ਸੋ ਮੈਨੂੰ ਲੱਗਦਾ ਸੀ ਕਿ ਆਮ ਬੌਂਡ ਟੂ ਬੀ ਐਨ ਆਰਟ थैंक यू ਵੈਰੀ ਮੱਚ ਹਿਮਾਂਸ਼ੀ ਸੋ ਐਸ ਸੀ ਚਾਦਾ ਕੱਪ ਵਿਦ ਸਤਿੰਦੇ ਸੱਤੀ ਦੇ ਨਾਲ ਹਿਮਾਂਸ਼ੀ ਖੁਰਾਨਾ ਮਿਹਨਤ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਲੜਾਈਆਂ ਲੜਨ ਤੋਂ ਬਾਅਦ ਜਿਹੜੇ ਜਿੱਤਦੇ ਨੇ ਅਖਿਟ ਸ਼ਾਸਵਾਰ ਉਹੀ ਹੁੰਦੇ ਨੇ ਸੋ ਜ਼ਿੰਦਗੀ 'ਚ ਆਰਟਿਸਟ ਦੀ ਜ਼ਿੰਦਗੀ ਕਿੰਨੀ ਔਖੀ ਹੈ ਉਹੀ ਦੱਸਦੇ ਰਵਾਂਗੇ ਤੁਹਾਨੂੰ ਇਸ ਸ਼ੋਅ ਦੇ ਵਿੱਚ ਥੈਂਕ ਯੂ ਵੈਰੀ ਮੱਚ ਥੈਂਕ ਯੂ ਫਾਰ ਵਾਚਿੰਗ ਐਂਡ ਸਟੇ ਟਿਊਨ